ਸਤਿ ਸ਼੍ਰੀ ਅਕਾਲ ਦੋਸਤੋ। ਕਣਕ ਦੇ ਲਈਏ ਬੀਜ ਆਪਾਂ ਇਸ ਵਾਰੀ, ਪਰ ਪਿਛਲੀ ਵਾਰੀ ਗੁੱਲੀ ਡੰਡੇ ਨੇ ਬੜਾ ਤੰਗ ਕੀਤਾ ਸੀ। ਦੋ ਦੋ ਤਿੰਨ ਤਿੰਨ ਸਪਰੇਆਂ ਤੋਂ ਬਾਅਦ ਵੀ ਕਾਬੂ ਨਹੀਂ ਸੀ ਆਇਆ। ਇਸ ਵਾਰੀ ਆ ਨਾਲ ਦੀ ਨਾਲ ਕਣਕ ਬੀਜ ਕੇ ਜਿਹੜੀ ਸਪਰੇਅ ਲਿਆ ਕੇ ਮੈਂ ਕਰ ਦੇਣੀ ਹੈ। ਕਹਿੰਦੇ ਦੋ ਤਿੰਨ ਨਵੀਆਂ ਦਵਾਈਆਂ ਆਈਆਂ ਨੇ, ਪਿਛਲੇ ਸਾਲ ਦੀਆਂ ਨੇ ਵੈਸੇ, ਅਤੇ ਉਹ ਮੈਂ ਜਾ ਕੇ ਦਵਾਈਆਂ ਵਾਲੀ ਦੁਕਾਨ 'ਤੇ ਪੁੱਛਦਾ ਕਿ ਕਿਹੜੀ ਸਪਰੇਅ ਕਰੀਏ ਅਤੇ ਕਿਹੜੀ ਵੱਧ ਕਾਰਗਰ ਹੋਏਗੀ, ਕਿਉਂਕਿ ਗੁੱਲੀ ਡੰਡੇ ਨਾਲ ਨਜਿੱਠਣਾ ਬਹੁਤ ਔਖਾ ਹੋ ਜਾਂਦਾ। ਆਓ ਲੈ ਕੇ ਚੱਲਦਾ ਮੈਂ ਦਵਾਈਆਂ ਵਾਲੀ ਦੁਕਾਨ 'ਤੇ। ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਪਹੁੰਚ ਚੁੱਕੇ ਹਾਂ ਖੇਤੀਬਾੜੀ ਦੀਆਂ ਦਵਾਈਆਂ ਦੀ ਦੁਕਾਨ 'ਤੇ, ਜਿਹਦੇ 'ਤੇ ਅੱਜ ਕੱਲ੍ਹ ਗੁੱਲੀ ਡੰਡੇ ਨੂੰ ਲੈ ਕੇ ਕਿਸਾਨਾਂ ਦਾ ਰਸ਼ ਹੈ ਕਿ ਗੁੱਲੀ ਡੰਡਾ ਜਿੰਨਾ ਪਿਛਲੀ ਵਾਰ ਹੋਇਆ ਸੀ ਉਸਨੂੰ ਕਾਬੂ ਕਰਨ ਦੇ ਲਈ ਅਸੀਂ ਪਹਿਲਾਂ ਤੋਂ ਹੀ ਕੋਈ ਬਹੁਤ ਵਧੀਆ ਦਵਾਈ ਹੈ ਜਿਹੜੀ ਉਹਦਾ ਛਿੜਕਾਅ ਕਰ ਦਈਏ। ਕਈਆਂ ਕਿਸਾਨ ਭਰਾਵਾਂ ਨੇ ਪਿਛਲੀ ਵਾਰੀ ਇਹ ਤਜਰਬਾ ਅਪਣਾਇਆ ਸੀ ਅਤੇ ਉਹ ਇਸ ਵਾਰੀ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਤੋਂ ਹੀ ਗੁੱਲੀ ਡੰਡੇ 'ਤੇ ਕਾਬੂ ਪਾਉਣਾ ਚਾਹੁੰਦੇ ਨੇ। ਆਓ ਗੱਲ ਕਰਦੇ ਹਾਂ ਇਸ ਬਾਰੇ ਵਿਸਤਾਰ ਦੇ ਨਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਜਾਣਨਾ ਚਾਹੁੰਦਾ ਮੈਂ ਜੀ, ਜਿਹੜੀਆਂ ਦਵਾਈਆਂ ਨੇ ਨਾ ਇਹ, ਯਾਨੀ ਕਿ ਗੁੱਲੀ ਡੰਡੇ ਵਾਲੀਆਂ, ਪਿਛਲੀ ਵਾਰੀ ਤਕਰੀਬਨ ਸਾਰੇ ਪੰਜਾਬ 'ਚ ਹੀ ਨਾ ਕਾਫੀ ਦਿੱਕਤ ਆਈ ਸੀ ਕਿ ਬਹੁਤ ਸਾਰੀਆਂ ਦਵਾਈਆਂ ਰੇਹਾਂ ਸਪਰੇਹਾਂ ਕਰਨ ਦੇ ਬਾਵਜੂਦ ਵੀ ਗੁੱਲੀ ਡੰਡਾ ਕਾਬੂ ਨਹੀਂ ਸੀ ਆਇਆ। ਇਸ ਵਾਰੀ ਕਿਸਾਨ ਜਿਹੜੇ ਨੇ ਉਹ ਮਤਲਬ ਕਿਹੜੀਆਂ ਦਵਾਈਆਂ ਦੀ ਸਪਰੇਅ ਕਰ ਰਹੇ ਨੇ ਉਹਦੇ ਬਾਰੇ ਜਾਣਕਾਰੀ ਦਿਆ ਜੇ। ਸੋ ਜੀ, ਇਸ ਵਾਰ ਕੰਪਨੀ ਦਾ PI ਨੇ ਦਿੱਤੀ ਆ ਵਕੀਰਾ, ਜੋ ਪਿਛਲੇ 2 ਸਾਲਾਂ ਤੋਂ ਚੱਲ ਰਹੀ ਹੈ। ਅੱਛਾ ਜੀ। ਇਹ ਪ੍ਰੀ 'ਤੇ ਹੁੰਦੀਆਂ ਨੇ। ਪ੍ਰੀ 'ਤੇ ਮਤਲਬ ਕਿ ਕਣਕ ਬੀਜਦਿਆਂ ਸਾਰ ਕਿੰਨੇ ਚਿਰ ਵਿੱਚ? 72 ਘੰਟਿਆਂ ਦੇ ਵਿੱਚ ਕਣਕ ਬੀਜ ਕੇ, ਚਾਹੇ ਕੀਰਾ ਕੀਤਾ ਚਾਹੇ ਰੋਟਾਵੀਟਰ ਕੁਛ ਵੀ ਹੈ, ਵਾਹੀ ਹੋਣੀ ਚਾਹੀਦੀ ਹੈ ਤਿਆਰ ਚੰਗੀ ਤਰ੍ਹਾਂ। ਤਿਆਰ ਚੰਗੀ ਤਰ੍ਹਾਂ, ਠੀਕ ਹੈ। ਯਾਨੀ ਕਿ ਜ਼ੀਰੋ ਡਰੇਲ ਨਹੀਂ, ਜ਼ੀਰੋ ਕੰਮ ਚੱਲੇਗਾ, ਤੱਪੜ ਚ ਨਹੀਂ, ਤੱਪੜ ਚ ਨਹੀਂ। ਓਕੇ, ਇਹਨੂੰ ਆਪਾਂ ਇਹ ਕਿੰਨੀ ਪੈਂਦੀ ਹੈ ਕਿੱਲੇ ਦੀ? ਇਹ 60 ਗ੍ਰਾਮ ਨਾਲ 2 ਲੀਟਰ ਪੈਂਡੀ ਮੈਥਲਿਨ ਪੈਂਡੀ ਜਿਹੜੀ ਉਹਦੇ ਚ ਪੈਂਦੀ ਹੁੰਦੀ ਸੀ ਆਪਣੇ ਮਟਰਾਂ ਚ, ਅੱਛਾ, ਉਹਦੇ ਨਾਲ ਇਹ ਮਿਕਸ ਕਰਕੇ ਕਰ ਦਿੰਦੇ ਨੇ। ਇੱਕ ਏਕੜ ਦੇ, ਇੱਕ ਏਕੜ ਦੇ ਵਿੱਚ ਇਹ ਹੁੰਦੀ ਹੈ। ਦੂਸਰੀ ਕਿਹੜੀ? ਉਸ ਤੋਂ ਬਾਅਦ ਹੁੰਦੀ ਹੈ ਬਾਇਰ ਦੀ, ਉਹ ਜੇ ਪਿਛਲੇ ਸਾਲ ਲੇਟੈਸਟ ਹੈ। ਅੱਛਾ ਮੰਮੀ ਜੀ। ਅੱਛਾ ਜੀ, ਇਹ ਮਤਲਬ ਪ੍ਰੀ 'ਤੇ ਹੁੰਦੀ ਹੈ? ਇਹ ਵੀ ਪ੍ਰੀ 'ਤੇ ਹੁੰਦੀ ਹੈ। ਇਹ ਕਿੰਨੀ ਪੈਂਦੀ ਹੈ ਕਿੱਲੇ ਦੀ? ਇਹ 60 ਗ੍ਰਾਮ ਕਿੱਲੇ ਦੀ। 60 ਗ੍ਰਾਮ ਸਿਰਫ? 60 ਗ੍ਰਾਮ। ਅੱਛਾ, ਅਗਰ ਵੈਸੇ ਜੇ ਨਾ ਪਾਉਣਾ ਚਾਹੁੰਦੇ ਤਾਂ ਨਾਲ ਪੈਂਡੀ ਮੈਥਲਿਨ ਦਾ 1 ਲੀਟਰ। ਅੱਛਾ ਜੀ, ਪੈ ਜਾਂਦਾ। ਤੇ ਇਹ ਵੈਸੇ ਅਗਰ ਥੋੜਾ ਜਿਹਾ ਮਤਲਬ ਆਈਡੀਆ ਦੇਣਾ ਤੁਸੀਂ ਰੇਟ ਦਾ, ਕਿਉਂਕਿ ਤੁਹਾਡੀ ਆਪਣੀ ਸ਼ੌਪ ਦਾ ਕੰਮ ਹੈ, ਮਤਲਬ ਜਸਟ ਵੀ 100 ਤੋਂ 100 ਦੇ ਵਿੱਚ ਇਹਦਾ ਕਿੱਲੇ ਦਾ ਖਰਚਾ ਆ ਜਾਂਦਾ? ਇਹ ਤਕਰੀਬਨ 2300-2400 ਰੁਪਏ ਪਰ ਏਕੜ ਪੈ ਰਹੀ ਹੈ। ਪਰ ਏਕੜ? ਇਹ 1800-1850 ਰੁਪਏ ਪਰ ਏਕੜ। ਠੀਕ ਹੈ। ਇਹ 1100 ਰੁਪਏ ਪਰ ਏਕੜ ਦੀ ਪੈ ਰਹੀ ਹੈ। ਮਤਲਬ ਇਹ ਦੋਨੋਂ ਸ਼ਾਇਦ ਨਵੀਆਂ ਨੇ ਇਸ ਵਾਰੀ, ਇਹ ਉਹ ਪਹਿਲੀ ਹੋਈ ਹੈ। ਇਹ ਮਟਰਾਂ ਤੇ ਜਿਹੜੀ ਹੁੰਦੀ ਹੈ, ਜਿਹੜੀ ਮਟਰਾਂ ਤੇ ਬੀਜ ਕੇ ਨਾਲ ਦੀ ਨਾਲ ਕਰ ਦਿੰਦੇ ਨੇ, ਇਹ ਉਹ ਵਾਲੀ ਸਪਰੇਅ ਹੈ। ਠੀਕ ਹੈ। ਪਿਛਲੀ ਵਾਰ ਵੀ ਤੁਹਾਡੇ ਤੋਂ ਲੈ ਗਏ ਨੇ ਇਹ, ਕਿ ਇਸ ਵਾਰੀ ਜ਼ਿਆਦਾ ਇਹਨਾਂ ਦੀ ਡਿਮਾਂਡ ਆ ਵਾਲੀ? ਇਸ ਵਾਰ ਜ਼ਿਆਦਾ ਹੋ ਰਹੀ ਹੈ ਪ੍ਰੀ ਤੇ। ਪਹਿਲਾਂ ਕਈਆਂ ਨੇ ਕਰਕੇ ਵੇਖੀ ਹੋਣੀ, ਥੋੜਾ ਹੋਈ ਸੀ, ਉਹਦਾ ਰਿਜ਼ਲਟ ਕਾਫੀ ਮਿਲੇ ਨੇ। ਅੱਛਾ ਜੀ, ਤਾਂ ਇਸ ਵਾਰ ਥੋੜੀ ਜ਼ਿਆਦਾ ਹੋ ਰਿਹਾ। ਠੀਕ ਹੈ, ਠੀਕ ਹੈ। ਗੁੱਲੀ ਡੰਡਾ ਕਈਆਂ ਨੇ ਪਿਛਲੀ ਵਾਰੀ 2-2 ਸਪਰੇਆਂ ਵੀ ਕਰਤੀਆਂ ਨਾ, ਇਸ ਕਰਕੇ ਇਹ ਪਹਿਲਾਂ ਤੋਂ ਹੀ ਲੋਕ ਕਹਿ ਰਹੇ ਨੇ ਕਿ ਅਸੀਂ ਯੂਜ਼ ਕਰ ਰਹੇ ਨੇ, ਯੂਜ਼ ਕਰ ਰਹੇ ਨੇ। ਠੀਕ ਹੈ। ਜਿਹੜੀਆਂ ਦੂਸਰੀਆਂ ਹੁੰਦੀਆਂ ਨੇ ਉਹ ਆਪਣਾ ਉੱਗੇ ਤੋਂ ਬਾਅਦ ਤਾਂ ਉਹੀ ਆਪਣੇ ਟੌਪਿਕ ਹੀ ਚੱਲਦੇ ਨੇ ਸਾਰੇ, ਪੁਰਾਣੇ ਟੈਕਨੀਕਲ ਲੀਡਰ ਹੈ, ਟੌਪਿਕ ਹੈ, ਫਤਿਹ ਹੈ ਨਾ, ਸਾਰੀਆਂ ਉਹ ਝਟਕਾ ਝੁਟਕਾ ਆ ਉਹ ਕਰਕੇ ਕਰਦੇ ਨੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਜਾਣਕਾਰੀ ਦੇਣ ਲਈ।